ਤਿਆਰੀ 14 ਤਾਰੀਖ ਔਰ ਰਾਤ 15ਵਾਂ ਸੀ, ਸਮਝੀਓ ਗੱਲ। ਇਸ ਵਾਸਤੇ ਮੈਂ ਸ਼ਬ ਰੋਜੋ ਇਹ ਨਾ ਇਹ ਸ਼ਬ ਰੋਜੋ ਸ਼ਬ ਰੋਜੋ ਕੇ ਗੋਜਰੀ ਵਿੱਚ ਸ਼ਬੇ ਬਰਾਤ ਕੀ ਹੋ ਗਏ ਸ਼ਬੇ ਬਰਾਤ ਸ਼ਬ ਆਸਤੇ ਫਾਰਸੀ ਵੀ ਰਾਤ ਨੂੰ ਬਰਾਤ ਕਹਿ ਕੇ ਯਾ ਹਜ਼ਰਤ ਦੁਆ ਕਰੋ ਮੇਰੀ ਬਰਾਤ ਲੱਗਣੀ ਚਾਹੀਏ। ਇਸ ਰਾਤ ਵਿੱਚ ਫਿਰ ਲਗਾ ਬਰਾਤ ਹੋਵੇ ਫਤਿਹ ਤਾਂ ਹੋਵੇ ਕਾਮਯਾਬੀ ਬਾਲ ਸੁਬਾਨ ਅੱਲਾਹ। ਉਹ ਰਾਤ ਹੈ ਕਿ ਦੁਨੀਆ ਪਰ ਬਰਾਤ ਯਾਨੀ ਕਾਮਯਾਬੀ ਕਾ ਜਿਹੜਾ ਦਰਵਾਜ਼ਾ ਹੈ ਬੰਦ ਵੇ ਖੁੱਲ ਜਾਏਗਾ ਸੁਬਾਨ ਅੱਲਾਹ। ਤਿਆਰੀ 14 ਚੰਦ ਦੀ ਤਿਆਰੀ 14 ਰਾਤ 15ਵਾਂ ਇਸ ਰਾਤ ਪੂਰੀ ਨਫਲਾਂ ਪੜਨੀਆਂ ਤੋਬਾ ਕਰਨੀ ਇਸਤਗਫਾਰ ਕਰਨੀ ਰੱਬ ਨੂੰ ਯਾਦ ਕਰਨਾ ਮੇਰੇ ਰੱਬ ਨਾਲ ਗੱਲਾਂ ਕਰਨੀਆਂ ਔਰ ਰੱਬ ਕੋਲੋਂ ਮੰਗਣਾ ਰੱਬ ਦੁਨੀਆ ਆਖਰਤ ਦੀਆਂ ਕਾਮਯਾਬੀਆਂ ਦਾ ਫਰਮਾਨ। ਔਰ ਕੇ ਮੁਕੀ ਕੇ 5 ਵਕਤ ਨਮਾਜ਼ ਹੋ ਜਾਓ ਆਮੀਨ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੋਲ ਹਜ਼ਰਤ ਜਬਰੀਲ ਅਮੀਨ ਹਾਜ਼ਰ ਹੋ ਗਏ। ਜਬਰੀਲ ਅਮੀਨ ਉਹ ਫਰਿਸ਼ਤਾ ਜਿਹੜਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਪਰ ਵਹੀ ਲੈ ਕੇ ਆ ਰਿਹਾ ਸਾ। ਬਈ ਜਬਰੀਲ ਅਮੀਨ ਕੌਣ ਹੈ? ਉਸਦਾ ਇੱਕ ਪਰ ਇਸ ਵੇ ਖਾਨਾ ਕਾਬਾ ਦੇ ਸੈਂਟਰ ਹੈ, ਇੱਕ ਪਰ ਉਸਦਾ ਖਾਨਾ ਕਾਬਾ ਦੇ ਦੁਨੀਆ ਦਾ ਜਿਹੜਾ ਸੈਂਟਰ ਪਲੇਸ ਹੈ ਉਹ ਖਾਨਾ ਕਾਬਾ ਹੈ, ਸਾਊਦੀ ਅਰਬ ਹੈ, ਸਮਝ ਆਈ ਗੱਲ। ਉਸਦਾ ਇੱਕ ਪਰ ਇੱਥੇ, ਦੂਆ ਪਰ ਮਸ਼ਰਕ ਹੈ, ਇੱਕ ਮਗਰਬ ਹੈ। ਬੋਲੋ ਸਾਰੇ ਜਬਰੀਲ ਅਮੀਨ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰਗਾਹ ਵਿੱਚ ਹਾਜ਼ਰ ਹੋ ਗਏ। ਫਰਮਾਇਆ ਯਾ ਨਬੀ ਅੱਲਾ ਮੈਂ ਇੱਕ ਬਦ ਦੁਆ ਕਰਸਾ ਤੁਸੀਂ ਆਮੀਨ ਕਰਿਓ। ਜਦਕਿ ਹਦੀਸ ਦੀ ਸਾਬਤ ਹੈ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਸੇ ਨੂੰ ਬਦਦੁਆ ਨਹੀਂ ਕੀਤੀ, ਹਰ ਕਿਸੇ ਵਾਸਤੇ ਦੁਆ ਫਰਮਾਈ ਦੀ ਹੈ। ਇੱਕ ਮੁਕਾਮ ਪਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਮੀਨ ਕੀਤੀ ਦੀ ਹੈ, ਉਹ ਵੀ ਮਲਾਇਕਤੁਲ ਮੁਕਰਰਬੀਨ ਮੁਕਰਰਬੀਨ ਫਰਿਸ਼ਤੇ ਦੀ ਦੁਆ ਪਰ ਉਹਨਾਂ ਨੇ ਆਮੀਨ ਕੀਤੀ ਦੀ ਹੈ। ਅਸਤਗਫਿਰੁੱਲਾਹ ਅਲਅਜ਼ੀਮ। ਉਹ ਕਿਹੜੀ ਤੋਂ ਬਦਦੁਆ ਕਿ ਜਬਰੀਲ ਅਮੀਨ ਨੇ ਕਿਹਾ ਕਿ ਬਿਲਾ ਵਜ੍ਹਾ ਜਿਹੜਾ ਆਦਮੀ ਰੋਜ਼ਾ ਖਾ ਲੈਂਦਾ ਜਾਨ ਵੀ ਹੋਵੇ ਆਟਾ ਕੱਟਾ ਹੋਵੇ ਠੀਕ ਠਾਕ ਹੋਵੇ ਉਸ ਤੋਂ ਬਾਅਦ ਉਹ ਬੰਦਾ ਰੋਜ਼ਾ ਖਾਵੇ ਤਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਸ਼ਖਸ ਵਾਸਤੇ ਬਦਦੁਆ ਕੀਤੀ ਦੀ ਅਸਤਗਫਿਰੁੱਲਾਹ। ਇਸ ਵਾਸਤੇ ਸੱਚੇ ਦਿਲ ਦੇ ਨਾਲ ਤੋਬਾ ਕਰਦੇ ਇਸ ਸਾਲ ਸਾਰੇ ਆਪਣਾ ਇਸ ਵਾਸਤੇ ਅਵੇਅਰਨੈਸ ਪੈਦਾ ਕਰ ਦੇਣੀ, ਬ੍ਰੇਨ ਅਵੇਅਰਨੈਸ, ਦਿਮਾਗੀ ਤੌਰ ਤੇ ਇਸਲਾਹ ਕਰ ਲਓ ਕਿ ਆਜ ਕੇ ਬਾਅਦ ਹਮਨੇ ਇਨਸ਼ਾ ਅੱਲਾਹ ਤਾਲਾ ਜਿਤਨੇ ਨੌਜਵਾਨ ਹੈ ਸਿਹਤਯਾਬ ਲੋਕ ਹੈ ਔਰ ਸਾਰੇ ਲੋਕ ਜਨਾਬ ਲਈ ਰੋਜ਼ਾ ਰੱਖਣ ਇਨਸ਼ਾ ਅੱਲਾਹ। ਮਜਲਿਸ ਦੇ ਅੰਦਰ ਕਾਜ਼ੀ ਸਾਹਿਬ ਯਾਦ ਆ ਗਿਆ, ਬੁਨ ਕਾਜ਼ੀ ਉਹ ਕਾਫੀ ਬਿਮਾਰ ਹੈ, ਇਸ ਕੌਮ ਦੀ ਬੜੀ ਉਸਨੇ ਖਿਦਮਤ ਕੀਤੀ ਦੀ ਹੈ। ਔਖੇ ਵੇਲੇ ਸੱਜਣ ਪਰਖੀਏ ਤੈਨੂੰ ਫੱਗਣ ਮਾਂ ਰਨ ਪਰਖੀਏ ਉਸ ਵੇਲੇ ਜੋ ਧਨ ਪੱਲੇ ਨਾ ਹੈ। ਲੋਗੋ ਔਖੇ ਵੇਲੇ ਤੁਸਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਚਾਹੇ ਉਹ ਬਜ਼ੁਰਗਾਂ ਲੋਕਾਂ ਵਿੱਚ ਕੋਈ ਲਮਰਦਾਰ ਐਸਾ, ਕੋਈ ਕਾਜ਼ੀ ਐਸਾ, ਕੋਈ ਪਹਿਲਵਾਨ ਐਸਾ, ਕੋਈ ਪੀਰ ਫਕੀਰ ਐਸੇ, ਕੋਈ ਆਲਮ ਦੀਨ ਐਸੇ, ਉਹਨਾਂ ਲੋਕਾਂ ਦਾ ਜਿਹੜਾ ਤੁਸਾਂ ਦੇ ਨਾਲ ਸਾਥ ਰਿਹਾ ਅੱਲਾ ਨੇ ਅੱਜ ਤੱਕ ਤੁਸਾਂ ਸਾਰਿਆਂ ਲੋਕਾਂ ਪਰ ਅਸਾਂ ਸਾਰਿਆਂ ਪਰ ਮਿਹਰਬਾਨੀ ਅਤਾ ਫਰਮਾਈ। ਹੁਣ ਇਹ ਬਜ਼ੁਰਗ ਲੋਕ ਮਾਰਾ ਕੋਲ ਆਸਤਾ ਆਸਤਾ ਜਾਇਆ ਕਰੇ, ਨੌਜਵਾਨੋ ਤੁਸਾਂ ਦਾ ਵਕਤ ਆ ਰਿਹਾ ਆਪਣੇ ਆਪ ਦੀ ਇਸਲਾਹ ਕਰੋ, ਗਲਤ ਕਰਤੂਤਾਂ ਦੀ ਆਪਣੇ ਆਪ ਨੂੰ ਬਚਾ ਕੇ ਰੱਖੋ ਔਰ ਸਹੀ ਰਸਤੇ ਦੀ ਤਰਫ ਜਾਣ ਦੀ ਕੋਸ਼ਿਸ਼ ਕਰੋ। ਅੱਲਾ ਤੁਹਾਨੂੰ ਕਾਮਯਾਬੀ ਦੇ ਨਾਲ ਹਮਕਨਾ ਉਹਨਾਂ ਬਜ਼ੁਰਗਾਂ ਵਿੱਚੋਂ ਕਾਜ਼ੀ ਸਾਹਿਬ ਵੀ ਇੱਕ ਅੱਛੀ ਪਰਸਨੈਲਿਟੀ ਸ਼ਕੀਸੀ ਦਾ ਸੀ ਕਿ ਹਰ ਇਨਸਾਨ ਨੂੰ ਬੁਰਿਆਂ ਕੰਮਾਂ ਥੀ ਰੋਕ ਕੇ ਸਿੱਧੇ ਰਸਤੇ ਪਾ ਦਿੱਤਾ, ਸਹੀ ਮਸਲਾ ਉਸਨੇ ਅੱਜ ਤੱਕ ਬਿਆਨ ਕੀਤਾ। ਅੱਜ ਜਨਾਬ ਨੇ ਪਰਸੋਂ ਦੇਖਿਆ ਕਾਫੀ ਬਿਮਾਰ ਹਨ, ਦਿਮਾਗੀ ਤੌਰ ਤੇ ਕਾਫੀ ਕਮਜ਼ੋਰ ਹੋ ਗਏ ਦਿਨ, ਦੁਆ ਕਰੋ ਅੱਲਾ ਤਬਾਰਕ ਵ ਤਾਲਾ ਉਸ ਦੀ ਆਖਰਤ ਬਿਹਤਰ। ਦਰੂਸ਼ੀ ਪਾਕ ਹੈ, ਅਸੀਂ ਸਾਰੇ ਦੁਆ ਕਰ ਸਕਦੇ ਹਾਂ, ਪੜੋ ਦਰੂਸ਼ੀ ਅੱਲਾ।